ਵੀਰਾਂ ਦਾ ਲੈ ਵੀ ਬਾਈ ਆ ਜਗ੍ਹਾ ਨਾ ਜਿਹੜੀ ਬੈਠਣ ਨੂੰ ਸੀਗੀ ਪਿੱਛੇ ਜਿਹੜੀ ਸੰਗਤ ਆ ਉਹਨਾਂ ਨੂੰ ਨਹੀਂ ਦਿੱਤਾ ਜਾਂ ਤਾਂ ਬੈਠ ਜਾਓ ਜਾਂ ਮੇਰਾ ਵੀਰ ਬਣ ਕੇ ਇੱਧਰ ਕਿਉਂਕਿ ਇਹ ਇੱਥੇ ਬੈਠਣ ਲਈ ਬਣਾਇਆ ਹੋਇਆ ਪ੍ਰਬੰਧਕਾਂ ਨੇ ਪਲੀਜ਼ ਛੋਟੇ ਵੀਰ ਬੇਨਤੀ ਆ ਤੁਹਾਡੇ ਅੱਗੇ ਤੁਸੀਂ ਬਾਬੇ ਦੇ ਆਏ ਹੋ ਸਾਰੇ ਬਾਬੇ ਦੇ ਭਗਤੋਂ ਲਓ ਮੈਚ ਮੇਰੇ ਵੀਰੋ ਧਰਮਕੋਟ ਤੇ ਜਲਾਲਪੁਰ ਦਾ ਮੈਚ ਆ ਕੰਡਿਆਲ ਤੇ ਬਰੀਵਾਲਾ ਦੋਦਾ ਤੇ ਸ਼ੂਸ਼ਕ ਖੋਸਾ ਕੋਟਲਾ ਤੇ ਗਗੜਾ ਸਾਈ ਕਲੱਬ ਦੜਬਾ ਤੇ ਦੜਬਾ ਮੰਡੀ ਜਨੇਤਪੁਰਾ ਤੇ ਜੋਗੇਵਾਲਾ ਇਹ ਪਹਿਲਾ ਪੁਆਇੰਟ ਧਰਮਕੋਟ ਦੀ ਟੀਮ ਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲਓ ਸੁਲਤਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪਿਛਲੇ ਸਾਲ ਦੇ ਕਹਿੰਦੇ ਇਸੇ ਹੀ ਕਬੱਡੀ ਕੱਪ ਦਾ 3600 ਫੋੜ ਦਾ ਜੇਤੂ ਹੈ ਮੇਰੇ ਵੀਰੋ ਤਿੰਨ ਟਰੈਕਟਰ ਜਿੱਤਿਆ ਇੱਕ ਕੁਠਾਲੇ ਦੇ ਵਿੱਚੋਂ ਫੋੜ ਜਿੱਤਿਆ ਇੱਕ ਵਰਲਡ ਕੱਪ ਜੋ ਕਹਿੰਦੇ ਪ੍ਰੀਤ ਜਿੱਤਿਆ ਸ਼ਮਸ਼ਪੁਰੀਏ ਸੁਲਤਾਨ ਨੇ ਕਬੱਡੀ ਪਾ ਕੇ ਆਪਣੀ ਟੀਮ ਜਲਾਲਪੁਰ ਦੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਦਿੱਤਾ ਹੈ ਧਰਮਕੋਟ ਦਾ ਜਾ ਰੇਡਰ ਕਬੱਡੀ ਪਾ ਰਿਹਾ ਮੇਰੇ ਵੀਰੋ ਸੰਦੀਪ ਹੈ ਨੰਗਲੰਬੀਆਂ ਵਾਲਾ ਸਵਰਨ ਸਿੰਘ ਸੰਧੂ ਦਾ ਪੁੱਤਰ ਦੁਨੀਆ ਗਲੇਡੀਏਟਰ ਤੌਰ ਤੇ ਜਾਣਦੀ ਹੈ ਇੰਗਲੈਂਡ ਦੀ ਧਰਤੀ ਤੋਂ ਹਰ ਸਾਲ ਪੁੱਜਦਾ ਹੈ ਵੱਡੇ ਬਜਟ ਵਾਲੀ ਟੀਮ ਬਣਾਈ ਹੋਈ ਆਪਣੇ ਸਾਥੀਆਂ ਦੇ ਨਾਲ ਬਾਹਰ ਨੰਗਲੰਬੀਆਂ ਵਾਲਿਆ ਇਹ ਹੈ ਸੰਦੀਪ ਮੇਰੇ ਵੀਰੋ ਆਹ ਖਿਡਾਰੀ 25ਵੇਂ ਕੈਨੇਡਾ ਕੱਪ ਦਾ ਬੈਸਟ ਰਿਹਾ ਮੇਰੇ ਵੀਰੋ ਜਲਾਲਪੁਰੀਆ ਪਾਲਾ ਉਸ ਕੱਪ ਦਾ ਬੈਸਟ ਸੀਗਾ ਜਾਫੀ ਤੇ ਆਹ ਨੌਜਵਾਨ ਬੈਸਟ ਰੇਟਰ ਰਿਹਾ ਗੁਰਪ੍ਰੀਤ ਸਿੰਘ ਬੁਰਜਾਰੀ ਪਿੰਡ ਹੈ ਮੇਰੇ ਵੀਰੋ ਰਾਏਕੋਟ ਦੇ ਲਾਗੇ ਰਾਏਕੋਟ ਦੇ ਵਿੱਚ ਵੀ 16 ਤਰੀਕ ਨੂੰ ਮੁਕਾਬਲੇ ਜਿਹੜੇ ਮੇਰੇ ਵੀਰੋ ਕਰਵਾਏ ਜਾਣਗੇ ਗੁਰਪ੍ਰੀਤ ਸਿੰਘ ਬੁਰਜ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਤੇ ਦਿਲਬਾਗ ਸਾਡਾ ਵੀਰ ਗੱਜਣ ਵਾਲੀ ਆ ਗੱਲ ਕਰੂ ਇਧਰਲੇ ਪਾਸੇ ਧਰਮਕੋਟ ਦੀ ਟੀਮ ਦੇ ਵੱਲੋਂ ਦੇਖੋ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਹੁਣ 4 ਜਾਫੀ ਹੈ ਜਲਾਲਪੁਰ ਦੀ ਟੀਮ ਕਹਿੰਦੇ ਸੁਲਤਾਨਪੁਰ ਲੋਧੀ ਦਾ ਏਰੀਆ ਲੋਹੀਆਂ ਦੇ ਏਰੀਏ ਦੀ ਟੀਮ ਹੈ ਤੇ ਨਾ ਚੱਲਿਆ ਕਹਿੰਦੇ ਪਾਲੇ ਦਾ ਖੇਡ ਮੈਦਾਨਾਂ ਦੇ ਵਿੱਚ ਉਧਰਲੇ ਪਾਸੇ ਵੇਖੋ ਨੌਜਵਾਨ ਜਲਾਲਪੁਰੀ ਆ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਲਾਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਕਹਿੰਦੇ ਸ਼ਹਿਰ ਪਟਿਆਲੇ ਦਾ ਏਰੀਆ ਜਿਹੜੇ ਪਟਿਆਲੇ ਦਾ ਸ਼ਮਸ਼ਪੁਰ ਪਿੰਡ ਹੈ ਨਿਛੱਤਰ ਬਰਾੜ ਕੈਨੇਡਾ ਤੇ ਕੈਪਟਨ ਲਵਾਰਾ ਉਹਦੇ ਵੱਲੋਂ 2000 ਰੁਪਇਆ ਹੋਊਗਾ ਜੇ ਕੋਈ ਸੁਲਤਾਨ ਨੂੰ ਜੱਫਾ ਲਾਊਗਾ ਸ਼ੀਰਾ ਕੈਲਗਰੀ ਤੇ ਤਰਸੇਮ ਕਿਸ਼ਨਪੁਰਾ ਜਿਹੜਾ ਸੁਲਤਾਨ ਨੂੰ ਜੱਫਾ ਲਾਉਂਦਾ ਹੈ 1000 ਰੁਪਇਆ ਜਿਹੜਾ ਦਿੱਤਾ ਜਾਣਾ 2000 ਕਹਿੰਦੇ ਸਟੇਜ ਤੋਂ ਅਨਾਊਂਸ ਹੋਇਆ ਤੇ 1000 ਰੁਪਇਆ ਗਰਾਊਂਡ ਚੋਂ ਅਨਾਊਂਸ ਹੋਇਆ ਮੇਰੇ ਵੀਰੋ ਲਓ ਸਾਹਮਣੇ ਸੰਦੀਪ ਨੰਗਲੰਬੀਆਂ ਕੀ ਨਾਂ ਹੈ ਰੇਡਰ ਦਾ ਜੱਟਾ ਧਰਮਕੋਟ ਵਾਲਾ ਮੇਰੇ ਵੀਰੋ 100 ਰੁਪਇਆ ਕਹਿੰਦੇ ਯੰਗ ਕਬੱਡੀ ਕਲੱਬ ਵਾਲੇ ਸਾਡੇ ਗੁਰਜਨ ਸਿੰਘ ਜੀ ਸਰੀ ਵਾਲੇ ਤਰਸੇਮ ਸਿੰਘ ਜੀ ਕਿਸ਼ਨਪੁਰੇ ਵਾਲੇ ਕੈਨੇਡਾ ਤੋਂ ਪੁੱਜੇ ਹੋਏ ਹੈ ਉਹਨਾਂ ਵੱਲੋਂ ਵੀ 100 ਰੁਪਇਆ ਜੰਟੇ ਦੇ ਲਈ ਆਇਆ ਗੁਰਪ੍ਰੀਤ ਹੈ ਮੇਰੇ ਵੀਰੋ ਬੁਰਜਹਰੀ ਦੀ ਧਰਤੀ ਦਾ ਸਰੀ ਦੇ ਡੈਲਟਾ ਦੇ ਵਿੱਚ ਰਹਿੰਦਾ ਨੌਜਵਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਐਨ ਤਕੜਾ ਮੈਚ ਕਿ ਮੁੱਲ ਪੈਣ ਸਰੀਰਾਂ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਧਨ ਜ਼ੋਰ ਜਵਾਨਾਂ ਦਾ ਮੇਲਾ ਲੈਜਣ ਭਰਿਆ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਬਾਬਾ ਦਾਮੂ ਸ਼ਾਹ ਜੀ ਦੇ ਕਹਿੰਦੇ ਸਥਾਨ ਤੇ ਅੱਜ ਲੁੱਡੀਆਂ ਪੈਂਦੀਆਂ ਪੰਜਾਬ ਦੇ ਰੰਗਲੇ ਪੰਜਾਬ ਦੀ ਜਵਾਨੀ ਦੀਆਂ ਮਹਿੰਗੇ ਮੁੱਲ ਦੇ ਖਿਡਾਰੀ ਪੁੱਜੇ ਹੋਏ ਹੈ ਕੰਡਿਆਲ ਤੇ ਬਰੀਵਾਲਾ ਬਰੀਵਾਲਾ ਪੁੱਜ ਗਈ ਹੈ ਕੰਡਿਆਲ ਦੀ ਟੀਮ ਨੂੰ ਗੇਲੂ ਹੋਣਾ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜੇ ਬਰੀਵਾਲੇ ਦੀ ਟੀਮ ਪੁੱਜ ਚੁੱਕੀ ਹੈ ਕੰਡਿਆਲ ਦੀ ਟੀਮ ਗਰਾਊਂਡ 'ਚ ਪੁੱਜ ਜਾਵੇ ਉਧਰ ਸਾਡੇ ਨਛੱਤਰ ਬਰਾੜ ਜੀ ਕੈਨੇਡਾ ਜੋ ਕਿ ਕੈਪਟਨ ਦੇ ਰਿਸ਼ਤੇਦਾਰ ਹੈ ਉਹਨਾਂ ਵੱਲੋਂ ਤੇ ਕੈਪਟਨ ਵੱਲੋਂ ਜਿਹੜਾ ਵੀ ਨੌਜਵਾਨ ਗੁਰਪ੍ਰੀਤ ਨੂੰ ਜੱਫਾ ਲਾਉਂਦਾ ਹੈ ਜਾਂ ਸੁਲਤਾਨ ਨੂੰ ਜੱਫਾ ਲਾਉਂਦਾ ਹੈ 2000 ਦੇ ਮਾਣ ਪਿਆਰ ਉਹਨਾਂ ਵੱਲੋਂ ਤੇ ਤਰਸੇਮ ਕਿਸ਼ਨਪੁਰਾ ਦੇ ਨਾਲ ਸ਼ੀਰਾ ਕੈਲਗਰੀ 1000 ਇਹਨਾਂ ਵੀਰਾਂ ਵੱਲੋਂ ਹੈ 500 ਰੁਪਇਆ ਬਾਈ ਬਲਵੰਤ ਮਨੀਲਾ ਹੋ ਗਿਆ ਬਲਵੰਤ ਮਨੀਲਾ ਲੋ 3500 ਦਾ ਜੱਫਾ ਹੋਵੇਗਾ ਕੜਿਆਲ ਦੀ ਟੀਮ ਕੜਿਆਲ ਦੀ ਟੀਮ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਵੇ ਕੜਿਆਲ ਦੀ ਟੀਮ ਉਹਨਾਂ ਦਾ ਮੈਚ ਜਿਹੜਾ ਹੈ ਉਹ ਬਰੀਵਾਲੇ ਨਾਲ ਖੇਡਿਆ ਜਾਣਾ ਆਹ ਮੈਚ ਦੇ ਵਿੱਚੋਂ ਜਲਾਲਪੁਰ ਦੀ ਟੀਮ ਜੇਤੂ ਰਹੀ ਹੈ ਜੀ ਜਲਾਲਪੁਰ ਦੀ ਟੀਮ